ਵੈਘਰੂ ਜੀ ਦਾ ਖਾਲਸਾ ਵੈਘਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਉਹ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦੇ 40 ਸ਼ਬਦਾਂ ਦੀ ਜੋ ਲੜੀਵਾਰ ਕਥਾ ਹੈ ਉਹ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਜਮਾਲਪੁਰ ਬਾਣਾ ਚੰਡੀਗੜ੍ਹ ਰੋਡ ਤੇ ਚੱਲ ਰਹੀ ਹੈ ਸੋ ਅੱਜ ਦਾ ਜੋ ਸ਼ਬਦ ਹੈ ਪਹਿਲਾਂ ਆਪਾਂ ਉਸ ਦਾ ਪਾਠ ਕਰਾਂਗੇ ਤੇ ਫਿਰ ਉਸ ਦੀ ਵਿਚਾਰ ਕਰਾਂਗੇ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸਤਗੁਰ ਪ੍ਰਸਾਦ ਗਉੜੀ ਬੈਰਾਗਣ ਰਵਿਦਾਸ ਜੀਉ ਕਟ ਅਬ ਕਟ ਦੂ ਗਰਖਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁrar ਕੋ ਬਨਜਾਰੂ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ ਹੋ ਬਨਜਾਰੂ RAM ਕੋ ਸਹਿਜ ਕਰੂੰ ਬਹ ਪਾਰ ਮੈਂ RAM ਨਾਮ ਧਨ ਲਾਦਿਆ ਵਿਖਲਾ ਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਖਲੇ ਹੋ ਆਲ ਪਤਾਲ ਮੋਹੀ ਜਮ ਡੰਡ ਨਾ ਲੱਗਈ ਤਾ ਜੀਲੇ ਸਰਬ ਜੰਜਾਲ ਜੈਸਾ ਰੰਗ ਕੁਸੰਭ ਕਾ ਤੈਸਾ ਹੈ ਸੰਸਾਰ ਮੇਰੇ ਰਮਈਏ ਰਾਂਗ ਮਜੀਠ ਕਾ ਕਹੋ ਰਵਿਦਾਸ ਚਮਾਰ ਜੈਸਾ ਰੰਗ ਕੁਸੰਭ ਕਾ ਤੈਸਾ ਹੈ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹੁ ਰਵਿਦਾਸ ਚਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਉਹ ਆਪ ਜੀ ਨੇ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਦੇ ਇਸ ਸ਼ਬਦ ਦਾ ਪਾਠ ਸਰਵਣ ਕੀਤਾ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਹੁਣ ਇਸ ਦੀ ਵਿਚਾਰ ਕਰੀਏ ਕਟ ਅਬ ਕਟ ਡੂ ਗਰਖਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਸਤਗੁਰੂ ਅਵਦਾਸ ਜੀ ਮਹਾਰਾਜ ਇਸ ਸ਼ਬਦ ਦੇ ਵਿੱਚ ਸਮਝਾਉਂਦੇ ਹਨ ਕਿ ਜਿਸ ਰਸਤੇ ਦੇ ਉੱਤੇ ਮੈਂ ਚੱਲ ਰਿਹਾ ਹਾਂ ਕਿਉਂਕਿ ਸਤਗੁਰੂ ਅਵਦਾਸ ਜੀ ਮਹਾਰਾਜ ਇਸ ਦੇਸ਼ ਦੇ ਅੰਦਰ ਜੋ ਉੱਚ ਨੀਂਹ ਦੇ ਹੱਦਾਂ ਬੰਨੇ ਬਣੇ ਹੋਏ ਸਾਨੂੰ ਉਹਨਾਂ ਨੂੰ ਢਾਉਣ ਦੇ ਲਈ ਬਰਾਬਰਤਾ ਦਾ ਸੰਦੇਸ਼ ਦੇਣ ਦੇ ਲਈ ਇੱਕ ਜੋ ਉਹਨਾਂ ਨੇ ਲਹਿਰ ਅਲੰਬੀ ਹੋਈ ਸੀ ਉਹਦਾ ਜ਼ਿਕਰ ਕਰਦੇ ਹਨ ਕਿ ਘਟ ਅਵ ਘਟ ਦੂ ਗਰਕਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕਿ ਜਿਸ ਰਸਤੇ ਦੇ ਉੱਤੇ ਮੈਂ ਚੱਲ ਰਿਹਾ ਹਾਂ ਇਹ ਬੜਾ ਉੱਚਾ ਨੀਮਾ ਹੈ ਉਬੜ ਖਬੜ ਹੈ ਇਸ ਰਸਤੇ ਦੇ ਵਿੱਚ ਬੜੀਆਂ ਰੁਕਾਵਟਾਂ ਹਨ ਬੜੀਆਂ ਔਕੜਾਂ ਹਨ ਤੇ ਇਸ ਰਸਤੇ ਦੇ ਉੱਤੇ ਜਿਹੜਾ ਚੱਲਣ ਵਾਲਾ ਮੇਰਾ ਮਨ ਰੂਪੀ ਬੈਲ ਹੈ ਉਹ ਬੜਾ ਕਮਜ਼ੋਰ ਹੈ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਲੋਕ ਵਪਾਰ ਕਰਿਆ ਕਰਦੇ ਸੀ ਤਾਂ ਊਠਾਂ ਦੇ ਉੱਤੇ ਤੇ ਬਲਦਾਂ ਦੇ ਉੱਤੇ ਉਹ ਸਮਾਨ ਲੱਦ ਕੇ ਲਜਾਇਆ ਕਰਦੇ ਸਨ ਜਿਸ ਤਰ੍ਹਾਂ ਕਿ ਇਧਰੋਂ ਸਮਾਨ ਲੈ ਜਾਣਾ ਉਧਰ ਅਫਗਾਨਿਸਤਾਨ ਵੱਲ ਪਾਕਿਸਤਾਨ ਵੱਲ ਅ ਬੇਚ ਆਉਣਾ ਇਧਰੋਂ ਜੋ ਸਮਾਨ ਲੈ ਜਾਣਾ ਉਧਰ ਵੇਚ ਦੇਣਾ ਜੋ ਇਧਰ ਅਨਾਜ ਹੁੰਦਾ ਸੀ ਕਣਕ ਮੱਕੀ ਜਾਂ ਹੋਰ ਤੇ ਉਧਰ ਜੋ ਵਸਤੂਆਂ ਹੁੰਦੀਆਂ ਸੀਗੀਆਂ ਜਿਵੇਂ ਸੁੱਕੇ ਮੇਵੇ ਬਦਾਮ ਅਖਰੋਟ ਤੇ ਉਹ ਉਧਰੋਂ ਲਿਆ ਕੇ ਇੱਧਰ ਵੇਚਦੇ ਨੇ ਇਸ ਤਰ੍ਹਾਂ ਉਹ ਸਮੇਂ ਦੇ ਵਿੱਚ ਵਪਾਰ ਚੱਲਦਾ ਸੀ ਤੇ ਇਹ ਵਪਾਰ ਬੜਦਾਂ ਦੇ ਉੱਤੇ ਜਾਂ ਊਠਾਂ ਦੇ ਉੱਤੇ ਲੱਦ ਕੇ ਲੋਕ ਕਰਿਆ ਕਰਦੇ ਸਨ ਤੇ ਸਤਿਗੁਰੂ ਰਵਦਾਸ ਜੀ ਮਹਾਰਾਜ ਉਹ ਜੋ ਵਪਾਰ ਚੱਲ ਰਿਹਾ ਸੀ ਉਹ ਉਹਦੇ ਰਾਹੀਂ ਸਾਨੂੰ ਸਮਝਾਉਣਾ ਕਰ ਰਹੇ ਹਨ ਕਿ ਜਿਸ ਤਰ੍ਹਾਂ ਉਹ ਲੋਕ ਵਪਾਰ ਕਰਦੇ ਨੇ ਉਸੇ ਤਰ੍ਹਾਂ ਮੈਂ ਵੀ ਇੱਕ ਵਪਾਰ ਕਰਨ ਨਿਕਲਿਆ ਹਾਂ ਉਹ ਵਪਾਰ ਕੀ ਹੈ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਦਾ ਉਹ ਵਪਾਰ ਕੀ ਹੈ ਇੱਕ ਵਪਾਰ ਉਹ ਲੋਕ ਕਰਦੇ ਨੇ ਮਾਇਆ ਦੇ ਖਾਤਰ ਇੱਕ ਵਪਾਰ ਸਤਗੁਰੂ ਰਵਦਾਸ ਜੀ ਮਹਾਰਾਜ ਕਰਦੇ ਨੇ ਬਿਜ਼ਨਸ ਤੇ ਉਹ ਉਹ ਬਿਜ਼ਨਸ ਕਿਹੜਾ ਹੈ ਉਹ ਵਪਾਰ ਕਿਹੜਾ ਹੈ ਜਿਹਦੀ ਗੱਲ ਸਤਗੁਰੂ ਰਵਦਾਸ ਜੀ ਮਹਾਰਾਜ ਕਰਦੇ ਨੇ ਉਹ ਬਿਜ਼ਨਸ ਉਹ ਵਪਾਰ ਜਿੱਥੇ ਉਹ ਰੋਹਾਨੀਅਤ ਦੀ ਗੱਲ ਕਰ ਰਹੇ ਨੇ ਕਿ ਜਿਹੜਾ ਮੇਰਾ ਮਨ ਰੂਪੀ ਬੈਲ ਹੈ ਉਹੋ ਇਤਨਾ ਕਮਜ਼ੋਰ ਹੈ ਉਹਦੇ ਵਿੱਚ ਕੋਈ ਗੁਣ ਨਹੀਂ ਹੈ ਨਿਰਗੁਣ ਹੈ ਦੇਖੋ ਬਾਰ-ਬਾਰ ਗੁਰਬਾਣੀ ਦੇ ਵਿੱਚ ਆਪਣੇ ਆਪ ਨੂੰ ਜਿੰਨਾ ਮਹਾਪੁਰਸ਼ਾਂ ਦੀ ਬਾਣੀ ਹੈ ਉਹ ਆਪਣੇ ਆਪ ਨੂੰ ਨਿਰਗੁਣ ਕਹਿ ਰਹੇ ਨੇ ਵੀ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਮੈਂ ਤੈਨੂੰ ਮਿਲਣ ਲਈ ਨਿਕਲਿਆ ਹਾਂ ਤੇਰੀ ਭਾਲ ਦੇ ਵਿੱਚ ਨਿਕਲਿਆ ਹਾਂ ਪਰ ਜਿਹੜਾ ਮੇਰਾ ਜਿਸ ਮਨ ਨੇ ਮੇਰੇ ਚਿੱਤ ਨੇ ਤੇਰੇ ਤੱਕ ਪਹੁੰਚਣਾ ਹੈ ਉਹ ਜਿਹੜਾ ਬੈਲ ਹੈ ਮੇਰਾ ਮਨ ਰੂਪੀ ਉਹ ਬੜਾ ਕਮਜ਼ੋਰ ਹੈ ਤੇ ਇਸ ਦੇ ਨਾਲ ਨਾਲ ਅਸੀਂ ਇਸ ਨੂੰ ਇਸ ਤਰ੍ਹਾਂ ਵੀ ਸੋਚਣਾ ਹੈ ਕਿ ਜਿਸ ਸੰਘਰਸ਼ ਦੇ ਲਈ ਜੋ ਸਮਾਜ ਦੇ ਹੱਕਾਂ ਅਧਿਕਾਰਾਂ ਦੀ ਲੜਾਈ ਲੜਨ ਦੇ ਲਈ ਸਤਗੁਰੂ ਅਰਦਾਸ ਜੀ ਮਹਾਰਾਜ ਚੱਲੇ ਸਨ ਘਰ ਤੋਂ ਉਹਨੂੰ ਵੀ ਨਾਲ ਦੇ ਨਾਲ ਅਸੀਂ ਅਟੈਚ ਕਰਕੇ ਇਸ ਸ਼ਬਦ ਨੂੰ ਵਿਚਾਰਨਾ ਹੈ ਕੱਟ ਆਵ ਕੱਟ ਡੂ ਗਰਕਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸوں ਇੱਕ ਬੇਨਤੀ ਮੇਰੀ ਪੂੰਜੀ ਰਾਖ ਮਾਰ ਜਿਸ ਔਖੇ ਰਸਤੇ ਤੇ ਮੈਂ ਤੁਰ ਰਿਹਾ ਹਾਂ ਚੱਲ ਰਿਹਾ ਹਾਂ ਉਹ ਬੜਾ ਉਬੜ ਖੜਬੜਾ ਹੈ ਉੱਚਾ ਨੀਵਾ ਹੈ ਉਹਦੇ ਵਿੱਚ ਅਨੇਕਾਂ ਰੁਕਾਵਟਾਂ ਹਨ ਕਿਉਂਕਿ ਇਸ ਦੇਸ਼ ਦੇ ਅੰਦਰ ਜੋ ਸਿਸਟਮ ਲਾਗੂ ਹੋ ਚੁੱਕਾ ਸੀ ਉੱਚ-ਨੀਚ ਦਾ ਜਾਤਾਂ-ਪਾਤਾਂ ਦਾ ਭੇਦਭਾਵ ਦਾ ਉਹਨੂੰ ਦੂਰ ਕਰਨ ਦੇ ਲਈ ਜਿਸ ਰਸਤੇ ਤੇ ਸਤਗੁਰੂ ਉਦਾਸ ਜੀ ਮਹਾਰਾਜ ਚੱਲੇ ਸਨ ਉਹ ਕੋਈ ਸੌਖਾ ਨਹੀਂ ਸੀ ਕਿਉਂਕਿ ਆਪ ਉਹ ਕੋਈ ਬਹੁਤ ਅਮੀਰ ਘਰ ਦੇ ਵਿੱਚੋਂ ਨਹੀਂ ਸਨ ਗਰੀਬ ਸਨ ਤੋਂ ਇਸ ਕਰਕੇ ਉਹ ਜਿਹੜਾ ਰਸਤਾ ਜਿਹਦਾ ਜ਼ਿਕਰ ਸਤਗੁਰੂ ਉਦਾਸ ਜੀ ਮਹਾਰਾਜ ਕਰ ਰਹੇ ਨੇ ਕਿ ਉਹ ਬੜਾ ਔਖਾ ਪੈਂਡਾ ਹੈ ਪਰ ਉਹਨੂੰ ਤੈਅ ਕਰਨ ਦੇ ਲਈ ਉਹ ਮੰਜ਼ਿਲ ਹਾਸਲ ਕਰਨ ਦੇ ਲਈ ਆਪਣੇ ਸਮਾਜ ਦੇ ਹੱਕਾਂ ਅਧਿਕਾਰਾਂ ਦੀ ਲੜਾਈ ਲੜਨ ਦੇ ਲਈ ਬੇਨਤੀ ਕਿਹਦੇ ਅੱਗੇ ਕਰ ਰਹੇ ਨੇ ਸਤਿਗੁਰੂ ਰਬਦਾਸ ਜੀ ਆਹ ਸੋਚਣ ਵਾਲੀ ਵਿਚਾਰਨ ਵਾਲੀ ਗੱਲ ਆ ਕਿ ਸਤਿਗੁਰੂ ਰਬਦਾਸ ਜੀ ਮਹਾਰਾਜ ਕਿਹਦਾ ਊਟ ਆਸਰਾ ਲੈ ਰਹੇ ਨੇ। ਕਿਹੜਾ ਊਟ ਉਹਦਾ ਊਟ ਆਸਰਾ ਲੈ ਰਹੇ ਨੇ ਜਿਹੜਾ ਅਸੀਂ ਅੱਜ ਕੱਲ ਲੈ ਰਹੇ ਹਾਂ ਜਗ੍ਹਾ ਜਗ੍ਹਾ ਤੇ ਜਾ ਕੇ ਨਾ ਬਿਲਕੁਲ ਹੀ ਉਹ ਇਹੋ ਜੀ ਜਗ੍ਹਾ ਕਿਤੇ ਨਹੀਂ ਗਏ ਜਿੱਥੇ ਅੱਜ ਸਾਡਾ ਸਮਾਜ ਜਾ ਰਿਹਾ ਹੈ। ਉਹਨਾਂ ਦਾ ਸਿੱਧਾ ਕਿਹਾ ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਮੇਰੀ ਬੇਨਤੀ ਤੇਰੇ ਅੱਗੇ ਆਕਾਲ ਪੁਰਖ ਵੈਗਰੂ ਪਰਮੇਸ਼ਰ ਆਹ ਜਿਹੜੇ ਸੰਸਾਰੀ ਧਰਮ ਦੇ ਠੇਕੇਦਾਰ ਬਣੇ ਬੈਠੇ ਨੇ ਜਗਾ ਜਗਾ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਅੱਡੇ ਬਣਾਏ ਹੋਏ ਨੇ ਇਹ ਤਾਂ ਮੈਨੂੰ ਉੱਥੇ ਬੜਨ ਵੀ ਨਹੀਂ ਦਿੰਦੇ ਉੱਥੇ ਮੇਰਾ ਪਰਸ਼ਾਵਾਂ ਤੱਕ ਨਹੀਂ ਪਹੁੰਚਣ ਦਿੰਦੇ ਮੈਂ ਉਹਨਾਂ ਅੱਗੇ ਕੀ ਬੇਨਤੀ ਕਰ ਸਕਦਾ ਹਾਂ ਉਹ ਤਾਂ ਇਹ ਚਾਹੁੰਦੇ ਨੇ ਕਿ ਜੋ ਵਿਵਸਥਾ ਹੈ ਐਵੇਂ ਹੀ ਬਣੀ ਰਹੇ ਇਹ ਲੋਕ ਨਿਵੇਂ ਹੀ ਰਹਿਣ ਅਸੀਂ ਇਹਨਾਂ ਦਾ ਸ਼ੋਸ਼ਣ ਕਰਦੇ ਰਹੀਏ ਤੋ ਇਹ ਜਿਹੜੇ ਲੋਕ ਇਹ ਚਾਹੁੰਦੇ ਨੇ ਸਾਨੂੰ ਉੱਚਾ ਉਠਾਉਣਾ ਹੀ ਨਹੀਂ ਚਾਹੁੰਦੇ ਨੀਵਾ ਹੀ ਰੱਖਣਾ ਚਾਹੁੰਦੇ ਨੇ ਉਹਨਾਂ ਅੱਗੇ ਮੈਂ ਕਿਵੇਂ ਬੇਨਤੀ ਕਰ ਸਕਦਾ ਹਾਂ ਤੋ ਸਾਰੇ ਪਾਸਿਓਂ ਹੰਬ ਕੇ ਹਾਰ ਕੇ ਜੇ ਮੈਨੂੰ ਇਹ ਕੋਟ ਆਸਰਾ ਸਹਾਰਾ ਦਿਖਾਈ ਦਿੱਤਾ ਹੈ ਉਹ ਇੱਕ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਤੂੰ ਹੈ ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖਮਰਾਰ ਮੈਂ ਤੇਰੇ ਅੱਗੇ ਬੇਨਤੀ ਕਰਦਾ ਕਿ ਜਿਸ ਸੰਘਰਸ਼ ਦੇ ਲਈ ਮੈਂ ਨਿਕਲੇ ਹਾਂ ਆਪਣੇ ਸਮਾਜ ਦੇ ਹੱਕਾਂ ਦੇ ਅਧਿਕਾਰਾਂ ਦੀ ਲੜਾਈ ਦੇ ਲਈ ਉਹਦੇ ਲਈ ਜਿਹੜੇ ਮੇਰੇ ਮੇਰੇ ਅੰਦਰ ਜੋ ਸਾਹ ਚੱਲਦੇ ਨੇ ਜੋ ਮੇਰੇ ਪ੍ਰਾਣ ਨੇ ਮੇਰਾ ਜੋ ਸਰੀਰ ਹੈ ਉਹਦੀ ਰੱਖਿਆ ਤੂੰ ਕਰ ਕਿਉਂਕਿ ਹੋਰ ਕਿਸੇ ਨੇ ਨਹੀਂ ਕਰਨੀ ਹੋਰ ਤਾਂ ਮੈਨੂੰ ਮਾਰਨ ਤਾਂ ਹੀ ਪਹਿਣਗੇ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਰਾਰ ਮੇਰੀ ਸਾਹਾਂ ਰੂਪੀ ਜੋ ਪੂੰਜੀ ਆ ਉਸ ਨੂੰ ਤੂੰ ਸੰਭਾਲ ਕੇ ਰੱਖਣਾ ਹੈ ਕਿਉਂਕਿ ਜਿਸ ਤਰ੍ਹਾਂ ਲੋਕ ਬਿਜ਼ਨਸ ਕਰਨ ਨਿਕਲੇ ਨੇ ਮੈਂ ਵੀ ਇੱਕ ਵਪਾਰ ਇੱਕ ਬਿਜ਼ਨਸ ਕਰਨ ਦੇ ਲਈ ਨਿਕਲਿਆ ਘਰ ਦੇ ਵਿੱਚੋਂ ਉਹ ਮਾਇਆ ਦਾ ਵਪਾਰ ਕਰ ਰਹੇ ਨੇ ਮੈਂ ਲੋਕਾਂ ਦੇ ਹੱਕਾਂ ਦੇ ਅਧਿਕਾਰਾਂ ਦੀ ਲੜਾਈ ਦਾ ਵਪਾਰ ਕਰ ਰਿਹਾ ਹਾਂ ਤਾਂ ਅੱਗੇ ਸਤਿਗੁਰੂ ਦਾਸ ਜੀ ਮਹਾਰਾਜ ਕਹਿੰਦੇ ਨੇ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਓ ਫਿਰ ਉਹ ਕਹਿੰਦੇ ਨੇ ਸੰਸਾਰ ਦੇ ਲੋਕਾਂ ਨੂੰ ਸਮਾਜ ਦੇ ਲੋਕਾਂ ਨੂੰ ਆਉ ਭਈ ਮੈਂ ਨਿਕਲਿਆ ਹਾਂ ਘਰ ਦੇ ਘਰ ਤੋਂ ਆਪਣੇ ਹੱਕਾਂ ਦੇ ਲਈ ਅਧਿਕਾਰਾਂ ਦੀ ਲੜਾਈ ਲੜਨ ਦੇ ਲਈ ਜਿਹੜਾ ਬਿਜ਼ਨਸ ਜਿਹੜਾ ਵਪਾਰ ਮੈਂ ਕਰਨ ਨਿਕਲਿਆ ਹਾਂ ਕੀ ਕੋਈ ਮੇਰੇ ਨਾਲ ਚੱਲਣ ਲਈ ਤਿਆਰ ਹੈ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾ ਦਿਆ ਜਾਇ ਰੇ ਤੇ ਮੈਂ ਵੀ ਆਪਣੇ ਮਨ ਦੇ ਉੱਤੇ ਉਸ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੀ ਦਾ ਜੋ ਉਪਦੇਸ਼ ਹੈ ਜੋ ਸਿੱਖਿਆ ਹੈ ਬਰਾਬਰਤਾ ਦਾ ਉਹਨੂੰ ਲੈ ਕੇ ਚੱਲਿਆ ਹਾਂ ਉਹ ਮੈਂ ਲੱਦਿਆ ਹੋਇਆ ਹੈ ਇਹਨਾਂ ਲੋਕਾਂ ਨੇ ਬਲਦਾਂ ਦੇ ਉੱਤੇ ਦੂਜਾ ਮਾਇਆ ਰੂਪੀ ਮਾਲ ਲੱਦਿਆ ਹੋਇਆ ਹੈ ਮੈਂ ਆਪਣੇ ਮਨ ਦੀ ਸੋਚ ਦੇ ਉੱਤੇ ਆਪਣੇ ਚਿੱਤ ਦੇ ਉੱਤੇ ਉਹ ਉਪਦੇਸ਼ ਉਹ ਕਾਲਪੁਰਖ ਵੈਗਰੂ ਪਰਮੇਸ਼ਰ ਦਾ ਜੋ ਸਾਰਿਆਂ ਨੂੰ ਇੱਕ ਨਿਗਾਹ ਦੇ ਨਾਲ ਦੇਖਦਾ ਹੈ ਜੋ ਬਰਾਬਰ ਸਮਝਦਾ ਹੈ ਰਹਿਕ ਨੂੰ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਹੈ ਵੀ ਕੋਈ ਮੇਰੇ ਨਾਲ ਚੱਲਣ ਵਾਲਾ ਕਿਉਂਕਿ ਕਹਿੰਦੇ ਹਨ ਕਿ ਜਦੋਂ ਸਤਗੁਰੂ ਅਰਬਦਾਸ ਜੀ ਮਹਾਰਾਜ ਇਹ ਲੜਾਈ ਲੜ ਰਹੇ ਸਨ ਇਹ ਸੰਘਰਸ਼ ਕਰ ਰਹੇ ਸਨ ਤਾਂ ਉਦੋਂ ਦੇ ਉਦੋਂ ਵੀ ਲੋਕਾਂ ਨੇ ਕੋਈ ਬਹੁਤਾ ਸਾਥ ਨਹੀਂ ਦਿੱਤਾ ਉਹਨਾਂ ਦਾ ਉਹਨਾਂ ਨੂੰ ਕੱਲਿਆਂ ਨੂੰ ਹੀ ਇਹ ਲੜਾਈ ਲੜਨੀ ਪਈ ਤੋਂ ਲੇਕਿਨ ਇਸ ਦੇ باوجود ਵੀ ਉਹ ਹੋਕਾ ਦਿੰਦੇ ਨੇ ਵੀ ਹੈ ਵੀ ਮੇਰੇ ਨਾਲ ਕੋਈ ਚੱਲਣ ਵਾਲਾ ਮੈਂ ਆਡੇ ਹੱਕਾਂ ਦੀ ਲੜਾਈ ਲੜਨ ਲਈ ਨਿਕਲੇ ਆ ਹੈ ਕੋਈ ਇਹ ਹੱਕ ਸੱਚ ਦਾ ਜੋ ਸੰਘਰਸ਼ ਹੈ ਉਹਦਾ ਉਹਦੇ ਵਿੱਚ ਮੇਰਾ ਸਾਥ ਦੇਣ ਵਾਲਾ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ਰਹਾਓ ਹਉ ਬਨਜਾਰੋ RAM ਕੋ ਸਹਜ ਕਰੂ ਬਾਪਾਰ ਮੈਂ RAM ਨਾਮ ਧਨ ਲਾਦਿਆ ਵਿਖਲਾਦੀ ਸੰਸਾਰ ਹਉ ਬਨਜਾਰੋ RAM ਕੋ ਸਹਜ ਕਰੂ ਬਾਪਾਰ ਮੈਂ ਤਾਂ ਬਈ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦਾ ਬਨਜਾਰਾਂ ਮੈਂ ਬਨਜਾਰੇ ਤੋਂ ਪਾਵਾਂ ਵਪਾਰ ਕਰਨ ਵਾਲਾ ਹਉ ਬਨਜਾਰੋ RAM ਕੋ ਸਹਜ ਕਰੂ ਬਾਪਾਰ ਮੈਂ ਕਿਹੜਾ ਵਪਾਰ ਕਰਦਾ ਹਾਂ ਸਹਜ ਦਾ ਆ ਗੱਲ ਥੋੜੀ ਜੀ ਸਮਝਣ ਦੀ ਆ ਵਿਚਾਰਨ ਦੀ ਸਹਜ ਤੋਂ ਕੀ ਭਾਵ ਹੈ ਕਿਉਂਕਿ ਤਿੰਨ ਤਰ੍ਹਾਂ ਦੀਆਂ ਸਮਾਧੀਆਂ ਨੇ ਇੱਕ ਅੰਤਰਮੁਖੀ ਇੱਕ ਬਾਹਰਮੁਖੀ ਇੱਕ ਸਹਿਜ ਸਮਾਧ ਕਿਉਂਕਿ ਗੁਰਬਾਣੀ ਦੇ ਵਿੱਚ ਬਾਰ ਬਾਰ ਸਹਿਜ ਸਮਾਧ ਦਾ ਜ਼ਿਕਰ ਆਉਂਦਾ ਸਹਿਜ ਸੁਬਾਦ ਉਬਾਦ ਰਹਿਤ ਫੁਨ ਵੱਡੇ ਭਾਗ ਲੈ ਬਲਾਗੀ ਤੂੰ ਅੰਤਰਮੁਖੀ ਸਮਾਧੇ ਕੀ ਹੈ ਜਿਹੜੀ ਅੱਖਾਂ ਮੀਚ ਕੇ ਲਾਈ ਜਾਂਦੀ ਆ ਕਿਉਂਕਿ ਅਸੀਂ ਦੇਖਦੇ ਆ ਕਿ ਅਸੀਂ ਜਾਣਦੇ ਆ ਤੇ ਸਾਨੂੰ ਦਿੰਦੇ ਨੇ ਵੀ ਆ ਲਓ ਜੀ ਚਾਰ ਜਾਂ ਪੰਜ ਸ਼ਬਦ ਲੈ ਲਓ ਤੁਸੀਂ ਸੁਬਾ ਸ਼ਾਮ ਦੋ ਦੋ ਢਾਈ ਢਾਈ ਘੰਟੇ ਝੰਬਲਵਾਟਾ ਮਾਰ ਕੇ ਬੈਠਣਾ ਤੇ ਇਹ ਤੁਸੀਂ ਇਹਨੂੰ ਬਾਰ ਬਾਰ ਇਹਨਾਂ ਦਾ ਜਾਪ ਕਰਨਾ ਹੈ ਇਹ ਅੰਤਰਮੁਖੀ ਉਹ ਜਿਹੜੀ ਅੰਤਰਮੁਖੀ ਸਮਾਧੀ ਹੈ ਉੱਥੇ ਹੈ ਕੁਝ ਨਹੀਂ ਹੈ ਉਹ ਕਲਪਨਾਇਕ ਕਾਲਪਨਕ ਸਮਾਧੀ ਆ ਉਹ ਕਹਿੰਦੇ ਨੇ ਵੀ ਤੁਹਾਨੂੰ ਇੱਕ ਆਪ ਉਹ ਬਾਬਾ ਆਪਣੀ ਫੋਟੋ ਦਿੰਦਾ ਵੀ ਤੂੰ ਇਹਦੇ ਤੇ ਆਪਣਾ ਧਿਆਨ ਧਰਨਾ ਜਿਵੇਂ ਆਪਾਂ ਬਈ ਮੰਨ ਲਵੋ ਉੱਥੇ ਉਹ ਮੰਨ ਲਵ ਵਾਲੀ ਗੱਲ ਆ ਵੀ ਤੁਸੀਂ ਇਹ ਧਿਆਨ ਧਰਨਾ ਇਹਦੇ ਉੱਤੇ ਤੇ ਤੁਸੀਂ ਇਹ ਦੋ ਤਾਈ ਘੰਟੇ ਮੇਰੇ ਮੇਰੀ ਉਹਦੀ ਮੂਰਤ ਤੇ ਜਾਂ ਫੋਟੋ ਦੇ ਉੱਤੇ ਧਿਆਨ ਟਿਕਾਉਣਾ ਹੈ ਇਹ ਅੰਤਰਮੁਖੀ ਸਮਾਧੀ ਆ ਇਹ ਕਾਲ ਇੱਥੇ ਕਲਪਨੀ ਦੀ ਖੇਡ ਆ ਸਾਰੀ ਲੱਭਣ ਪਾਉਣ ਨੂੰ ਕੁਝ ਨਹੀਂ ਹੈਗਾ ਸਿਰਫ ਕਲਪਨਾ ਹੈ ਕਲਪਨੇ ਕੋਥੇ ਸੁਪਨੇ ਦਿਖਾਈ ਜਾਂਦੇ ਨੇ ਤੁਹਾਨੂੰ ਆ ਆ ਦਿਸੂ ਆ ਹੋਊ ਜੇ ਹੋਊ ਬਾ ਹੋਊਗਾ ਤੋ ਇਸ ਕਰਕੇ ਇੱਕ ਉਹ ਸਮਾਧੀ ਹੈ ਇੱਕ ਬਾਹਰ ਮੁਖੀ ਬਾਹਰ ਮੁਖੀ ਜਿਵੇਂ ਆਪਾਂ ਕਿਸੇ ਮੂਰਤੀ ਦੇ ਅੱਗੇ ਮੱਥਾ ਟੇਕਦੇ ਆਂ ਦੀਵੇ ਬਾਲਦੇ ਆਂ ਜਾਂ ਹੋਰ ਉਹਨਾਂ ਨੂੰ ਫੁੱਲ ਭੇਟ ਕਰਦੇ ਆਂ ਜਾਂ ਮੇਵੇ ਫਲ ਫਰੂਟ ਭੇਟ ਕਰਦੇ ਆਂ ਇਹ ਬਾਹਰ ਮੁਖੀ ਆ ਜਾਂ ਅਸੀਂ ਤੀਰਥ ਸਥਾਨਾਂ ਤੇ ਜਾਂਦੇ ਆਂ ਇਹ ਬਾਹਰ ਮੁਖੀ ਸਮਾਧੀ ਆ ਇਕ ਅੰਤਰ ਮੁਖੀ ਇਕ ਬਾਹਰ ਮੁਖੀ ਦੋਨਾਂ ਨੂੰ ਹੀ ਕੰਮ ਕਰਦਾ ਸਤਿਗੁਰੂ ਉਦਾਸ ਜੀ ਮਹਾਰਾਜ ਜੀ ਨੇ ਇਹਨਾਂ ਦੋਨਾਂ ਨੂੰ ਹੀ ਨਹੀਂ ਮੰਨੇ ਆ ਉਹਨਾਂ ਨੇ ਉਹਨਾਂ ਦੀ ਜਿਹੜੀ ਸਮਾਧੀ ਹੈ ਉਹ ਹੈ ਸਹਜ ਸਹਜ ਸਮਾਧ ਉਬਾਦ ਰਹਿ ਤੋ ਫੋਨ ਵੱਡੇ ਪਾਗਲੇ ਬਲਾਗੀ ਸਹਜ ਸਮਾਧ ਕੀ ਹੈ ਇਹਦੇ ਵਿੱਚ ਨਾ ਤਾਂ ਅਸੀਂ ਕੋਈ ਅੱਖਾਂ ਮੀਚ ਕੇ ਬੈਠਣਾ ਨਾ ਅਸੀਂ ਕਿਸੇ ਮੂਰਤੀ ਦੇ ਅੱਗੇ ਜਾਂ ਜਿਵੇਂ ਕਿਸੇ ਦੀਵੇ ਦੇ ਦੀ ਲੋ ਦੇ ਉੱਤੇ ਧਿਆਨ ਟਿਕਾਉਣਾ ਨਾ ਮੂਰਤੀ ਤੇ ਧਿਆਨ ਟਿਕਾਉਣਾ ਨਾ ਅਸੀਂ ਕਿਸੇ ਤੀਰਥਾਂ ਤੇ ਜਾਣਾ ਉਹਨਾਂ ਤੇ ਧਿਆਨ ਧਰਨਾ ਆਪਣਾ ਇਸੇ ਜੈਸੇ ਜਿਸ ਹਾਲਾਤ ਦੇ ਵਿੱਚ ਅਸੀਂ ਪੈਦਾ ਹੋਏ ਹਾਂ ਜਿਸ ਅਵਸਥਾ ਦੇ ਵਿੱਚ ਉਹਨੂੰ ਕਾਇਮ ਰੱਖਣਾ ਉਹਦੇ ਲਈ ਸਾਨੂੰ ਅੱਖਾਂ ਵਿੱਚਣ ਦੀ ਲੋੜ ਨਹੀਂ ਕੋਈ ਹੋਰ ਕਰਮਕਾਂਡ ਕਰਨ ਦੀ ਲੋੜ ਨਹੀਂ ਕੇਵਲ ਤੇ ਕੇਵਲ ਜਿਸ ਅਵਸਥਾ ਦੇ ਵਿੱਚ ਸਾਨੂੰ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ ਹੈ ਉਹਦੇ ਵਿੱਚ ਟਿਕੇ ਰਹਿਣਾ ਹੈ ਇਹਨੂੰ ਕਹਿੰਦੇ ਨੇ ਸਹਿਜ ਸਮਾਲ ਜਿੱਥੇ ਅਸੀਂ ਹੈਗੇ ਆ ਉੱਥੇ ਹੀ ਰਹਿਣਾ ਨਾ ਤਾਂ ਆਪਣੀ ਸੁਰਤ ਨੂੰ ਅੱਖਾਂ ਵਿੱਚ ਕੇ ਅੰਦਰ ਉਤਾਰਨਾ ਨਾ ਅਸੀਂ ਆਪਣੀ ਸੂਰਤ ਨੂੰ ਬਾਹਰ ਕਿਤੇ ਲੈ ਕੇ ਜਾਣਾ ਵਾ ਸਿਰਫ ਜਿੱਥੇ ਅਸੀਂ ਹੈਗੇ ਆ ਉੱਥੇ ਹੀ ਰੱਖਣਾ ਹੈ ਉੱਥੇ ਰਹਿੰਦੇ ਹੋਏ ਉਸ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਦਾ ਧਿਆਨ ਰੱਖਣਾ ਹੈ ਇਹ ਗੱਲ ਖਿਆਲ ਦੇ ਵਿੱਚ ਰੱਖਣੀ ਆ ਬਈ ਜੋ ਕੁਝ ਵੀ ਮਿਲਦਾ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਤੋਂ ਮਿਲਦਾ ਹੈ ਤੋ ਇੱਥੇ ਸਤਿਗੁਰੂ ਰਵਦਾਸ ਜੀ ਕਹਿੰਦੇ ਨੇ ਬਈ ਮੈਂ ਉਹਨਾਂ ਦੋਨਾਂ ਹੀ ਜੋ ਅਵਸਥਾਾਂ ਮਾ ਨੇ ਉਹਨਾਂ ਨੂੰ ਛੱਡ ਕੇ ਮੈਂ ਜਿਹੜਾ ਵਪਾਰ ਕਰਦਾ ਉਹ ਅੱਖਾਂ ਖੋਲ ਕੇ ਕਰਦਾ ਪੂਰਾ ਜਾਗਰੂਪ ਹੋ ਕੇ ਕਰ ਰਿਹਾ ਮੈਂ ਕਿਉਂਕਿ ਜਿਸ ਸੰਘਰਸ਼ ਦੇ ਲਈ ਸਤਗੁਰੂ ਰਵਦਾਸ ਜੀ ਮਹਾਰਾਜ ਨਿਕਲੇ ਸਨ ਉਹ ਜਾਗਰੂਪ ਹੋ ਕੇ ਹੀ ਲੜਿਆ ਜਾਣਾ ਸੀ ਸਹਜ ਦੇ ਵਿੱਚ ਰਹਿ ਕੇ ਹੀ ਲੜਿਆ ਜਾਣਾ ਸੀ ਅੱਖਾਂ ਖੋਲ ਕੇ ਹੀ ਲੜਿਆ ਜਾਣਾ ਸੀ ਅੱਖਾਂ ਮੀਚ ਕੇ ਨਹੀਂ ਸੀ ਲੜਿਆ ਜਾਣਾ ਇਸ ਕਰਕੇ ਸਤਗੁਰੂ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਹਉ ਬਨਜਾਰੋ RAM ਕੋ ਸਹਜ ਕਰੂ ਵਪਾਰ ਮੈਂ ਰਾਮ ਨਾਮ ਧਨ ਲਾਦਿਆ ਬਖਲਾਦੀ ਸੰਸਾਰ ਮੈਂ ਆਪਣੇ ਮਨ ਰੂਪੀ ਬੈਲ ਦੇ ਉੱਤੇ ਕੀ ਲੱਦਿਆ ਹੋਇਆ ਹੈ ਰਾਮ ਨਾਮ ਧਨ ਇਹ ਰਾਮ ਨਾਮ ਧਨ ਹੈ ਕੀ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਇਹ ਗੁਰਬਾਣੀ ਉਹਦਾ ਨਾਮ ਹੈ ਉਹਦਾ ਉਪਦੇਸ਼ ਹੈ ਉਹਦੀ ਸਿੱਖਿਆ ਹੈ ਉਹਦਾ ਗਿਆਨ ਹੈ ਮੈਂ ਰਾਮ ਨਾਮ ਧਨ ਲਾਦਿਆ ਮੈਂ ਆਪਣੇ ਮਨ ਰੂਪੀ ਬੈਲ ਦੇ ਉੱਤੇ ਉਹਦਾ ਗਿਆਨ ਉਹਦਾ ਉਪਦੇਸ਼ ਉਹਦੀ ਸਿੱਖਿਆ ਲੱਦੀ ਹੋਈ ਆ ਰੱਖੀ ਹੋਈ ਹੈ ਉਹਨੂੰ ਰੱਖ ਕੇ ਮੈਂ ਅੱਗੇ ਸੰਸਾਰ ਦੇ ਵਿੱਚ ਚੱਲ ਰਿਹਾ ਹਾਂ ਲੋਕਾਂ ਜੋ ਸੰਸਾਰ ਦੇ ਵਿੱਚ ਜੋ ਉੱਚ ਨੀਚ ਹੈ ਜੋ ਬਿਤਕਰੇਵਾਦੀ ਹੈ ਜੋ ਸ਼ੋਸ਼ਣਵਾਦੀ ਹੈ ਉਹਦੇ ਖਿਲਾਫ ਲੜਨ ਦੇ ਲਈ ਕਿਉਂਕਿ ਉਹ ਲੜਾਈ ਕੋਈ ਸਮਾਧੀਆਂ ਲਾ ਕੇ ਨਹੀਂ ਸੀ ਲੜੀ ਜਾਣੀ ਨਾ ਤੀਰਥਾਂ ਤੇ ਜਾ ਕੇ ਲੜੀ ਜਾਣੀ ਸੀ ਉਹ ਤਾਂ ਸਹਿਜ ਅਵਸਥਾ ਦੇ ਵਿੱਚ ਰਹਿ ਕੇ ਇਸ ਗੱਲ ਨੂੰ ਸਮਝ ਕੇ ਵੀ ਕੌਣ ਸਾਡਾ ਸ਼ੋਸ਼ਣ ਕਰ ਰਿਹਾ ਹੈ ਔਰ ਇਹ ਸ਼ੋਸ਼ਣ ਕਿਵੇਂ ਦੂਰ ਕੀਤਾ ਜਾ ਰਿਹਾ ਹੈ ਉਹ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਮ ਦਾ ਉਹਦੀ ਸਿੱਖਿਆ ਦਾ ਉਹਦੇ ਉਪਦੇਸ਼ ਦਾ ਉਹ ਟਾਹਰਾ ਲੈ ਕੇ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਨੇ ਇਹ ਲੜਾਈ ਲੜੀ ਹੈ ਮੈਂ RAM ਨਾਮ ਧਨ ਲਾਦਿਆ ਵਿਖਲਾਦੀ ਸੰਸਾਰ ਆ ਜਿਹੜੇ ਸੰਸਾਰ ਦੇ ਲੋਕ ਨੇ ਮੈਂ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦਾ ਨਾਮ ਆਪਣੇ ਮਨ ਦੇ ਵਿੱਚ ਵਸਾਇਆ ਹੋਇਆ ਸਿੱਖਿਆ ਉਹਦਾ ਗਿਆਨ ਵਸਾਇਆ ਹੋਇਆ ਹੈ ਪਰ ਸੰਸਾਰ ਦੇ ਲੋਕ ਕਾਦਾ ਵਪਾਰ ਕਰ ਰਹੇ ਨੇ ਜ਼ਹਿਰ ਦਾ ਬਖਲਾਦੀ ਸੰਸਾਰ ਇਹ ਤਾਂ ਆਪਣੇ ਪਰਿਵਾਰ ਤੱਕ ਸੀਮਿਤ ਨੇ ਇਹ ਅੱਗੇ ਉਦੋਂ ਅੱਗੇ ਸੋਚਦੇ ਹੀ ਨਹੀਂ ਹੈਗੇ ਇਹ ਸਾਰੀ ਸਾਰੀ ਉਮਰ ਨੌਕਰੀਆਂ ਕਰ ਲੀਆਂ ਤੇ ਨੌਕਰੀਆਂ ਕਰਦੇ ਮੋਟੀਆਂ ਤਨਖਾਹਾਂ ਵੀ ਲੈ ਲੀਆਂ ਫਿਰ ਮੋਟੀਆਂ ਪੈਨਸ਼ਨਾਂ ਵੀ ਲੱਗੀਆਂ ਜੇ ਉਹਨਾਂ ਨੂੰ ਪੁੱਛੋ ਵੀ ਹੁਣ ਤੁਸੀਂ ਕੀ ਕਰਦੇ ਹੋ ਮੈਂ ਤਾਂ ਜੀ ਬਸ ਹੁਣ ਬੇਲਾ ਹੀ ਹੁਣਾ ਬਾ ਕੁੱਤਾ ਰੱਖਿਆ ਸਵੇਰ ਸ਼ਾਮ ਉਹਦੀ ਸਹਾਇਤ ਕਰਾ ਲਿਆ ਲਿਆਦੀ ਆ ਇਹ ਆ ਬਖਲਾ ਉਹਨਾਂ ਨੂੰ ਕਿਹਾ ਸਤਿਗੁਰੂ ਉਦਾਸ ਜੀ ਮਹਾਰਾਜ ਜੀ ਨੇ ਇਹਨਾਂ ਨੇ ਜਿਹੜਾ ਗਿਆਨ ਲੱਦਿਆ ਹੋਇਆ ਬਖਲਾਦੀ ਸੰਸਾਰ ਇਹ ਜ਼ਹਿਰ ਲੱਦੀ ਫਿਰਦੇ ਨੇ ਲੇਕਿਨ ਮੈਂ ਆਪਣੇ ਮਨ ਰੂਪੀ ਬਹਿਲ ਦੇ ਉੱਤੇ ਮੈਂ ਉਹ ਆ ਰਾਮ ਨਾਮ ਤਾਂ ਲੱਦਿਆ ਹੋਇਆ ਹੈ ਗੁਰੂ ਦਾ ਜੋ ਉਪਦੇਸ਼ ਹੈ ਗੁਰੂ ਦੀ ਸਿੱਖਿਆ ਜੋ ਗੁਰੂ ਦਾ ਗਿਆਨ ਮੈ ਉਹ ਲੈ ਕੇ ਨਿਕਰੇ ਹਾਂ ਕਰੋ ਉਹਨੂੰ ਹੀ ਆਪਣਾ ਹਥਿਆਰ ਬਣਾਇਆ ਹੋਇਆ ਹੈ ਮੈਂ RAM ਨਾਮ ਤਨ ਲਾਧਿਆ ਬਿਖ ਲਾਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖਲੇ ਹੋ ਵਾਲ ਪਤਾਲ ਮੋਹੇ ਜਮ ਡੰਡ ਨਾ ਲਗਈ ਤਾਜੀ ਲੈ ਸਰਬ ਜੰਗਾਲ ਹੁਣ ਸਤਿਗੁਰੂ ਅਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਇਹ ਜੋ ਮਨੁਬਾਦੀ ਲੋਕ ਨੇ ਇਹਨਾਂ ਦੇ ਗ੍ਰੰਥਾਂ ਅਨੁਸਾਰ ਕੇ ਦੋ ਚਿੱਤਰ ਇੱਕ ਚਿੱਤਰ ਇੱਕ ਗੋਬਤ ਇੱਕ ਸੱਜੇ ਬੈਠਾ ਇੱਕ ਖੱਬੇ ਬੈਠਾ ਉਹਨਾਂ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ ਉਰਵਾਰ ਪਾਰ ਕੇ ਦਾਨੀਆਂ ਲੋਕ ਪ੍ਰਲੋਕ ਉਰਵਾਰ ਪਾਰ ਉਰਵਾਰ ਪਾਰ ਕੇ ਦਾਨੀਆਂ ਓਏ ਲੋਕ ਪ੍ਰਲੋਕ ਦਾ ਲੇਖਾ ਲਿਖਣ ਵਾਲੇ ਸੁਣ ਲਓ ਉਰਵਾਰ ਪਾਰ ਕੇ ਦਾਨੀਆਂ ਮੈਂ ਤੁਹਾਡੀ ਕੋਈ ਪਰਵਾਹ ਨਹੀਂ ਕਰਦਾ ਲਿਖ ਲਓ ਜੋ ਕੁਝ ਲਿਖਣਾ ਉਰਵਾਰ ਪਾਰ ਕੇ ਦਾਨੀਆਂ ਲਿਖ ਲੈ ਹੋ ਆਲ ਪਤਾਲ ਲਿਖ ਲਓ ਜਦੋਂ ਕੁਛ ਮੇਰੇ ਬਾਰੇ ਲਿਖਣਾ ਲਿਖ ਲਓ ਆ ਉਲ ਜਲੂਲ ਜੋ ਤੁਸੀਂ ਆਲ ਪਤਾਲ ਲਿਖਦੇ ਹੋ ਲਿਖ ਲਓ ਮੈਨੂੰ ਤੁਹਾਡੀ ਕੋਈ ਪਰਵਾਹ ਨਹੀਂ ਇਹਦਾ ਮਤਲਬ ਕੀ ਹੈ ਕਿਉਂਕਿ ਜੋ ਉਸ ਸਮੇਂ ਦਾ ਜੇ ਧਰਮ ਸਨ ਉਹ ਸਿਰਫ ਇੱਥੇ ਤੱਕ ਹੀ ਉਹਨਾਂ ਦੀ ਪਹੁੰਚ ਸੀਗੀ ਧਰਮ ਰਾਜ ਤੱਕ ਉਹ ਪਹੁੰਚਦੇ ਸਨ ਉਹ ਕਾਲਪੁਰਖ ਵੈਗਰੂ ਪਰਮੇਸ਼ਰ ਤੱਕ ਦੀ ਗੱਲ ਨਹੀਂ ਕਰਦੇ ਹਨ ਇਸੇ ਕਰਕੇ ਸਤਿਗੁਰੂ ਰਬਉਧਾਜੀ ਮਹਾਰਾਜ ਜੀ ਨੇ ਕਿਹਾ ਕਿ ਮੈਂ ਮੈਂ ਇਹਨੂੰ ਮੰਨਦਾ ਉਹ ਤਾਂ ਥੋਤੋ ਕਿਹੀਂ ਕਿਤੇ ਜਿਆਦਾ ਉੱਚਾ ਬੈਠਾ ਮੈਨੂੰ ਥੋੜੀ ਪਰਵਾਹ ਨਹੀਂ ਜਿਹਨੂੰ ਮੈਂ ਮੰਨਦਾ ਉਹ ਤੋਂ ਤੁਸੀਂ ਬਹੁਤ ਥੱਲੇ ਨੀਵੇਂ ਹੋ ਤੁਸੀਂ ਲਿਖ ਲਓ ਜਿਹੜਾ ਕੁਝ ਲਿਖਣਾ ਮੈਨੂੰ ਕੋਈ ਪਰਵਾਹ ਨਹੀਂ ਉਰਵਾਰ ਪਾਰ ਕੇ ਦਾਨੀਆਂ ਲਿਖ ਲੇਹੋ ਆਲ ਪਤਾਲ ਮੋਹੇ ਜਮ ਡੰਡ ਨਾ ਲੱਗੀ ਤਾਂ ਜੀਲੇ ਸਰਬਜੰਜਾਲ ਉਹ ਕੋ ਇਹ ਜਿਹੜੀ ਸੋਚ ਸੀ ਇਹ ਜਿਹੜੀ ਵਿਚਾਰਧਾਰਾ ਆਈ ਸੀ ਉਹ RAM ਨਾਮ ਧੰਨ ਦੇ ਵਿੱਚੋਂ ਆਈ ਸੀ RAM ਦਾ ਉਪਦੇਸ਼ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੀ ਸਿੱਖਿਆ ਉਹਦੇ ਵਿੱਚੋਂ ਗਿਆਨ ਪ੍ਰਾਪਤ ਹੋਇਆ ਕਿ ਆ ਜਿਹੜੇ ਤੁਰੇ ਫਿਰਦੇ ਨਾ ਵੀ ਨਰਕਾ ਸਵਰਗਾਂ ਦੇ ਚੱਕਰਾਂ 'ਚ ਪਏ ਹੋਏ ਨੇ ਏਸੇ ਦੇ ਵਿੱਚ ਉਲਝੇ ਹੋਏ ਨੇ ਜਾਂ ਜਿਹੜੇ ਕਹਿੰਦੇ ਨੇ ਵੀ ਚਿੱਤਰ ਗੁਪਤ ਲੇਖਾਂ ਲਿਖਦੇ ਨੇ ਜੀ ਧਰਮ ਰਾਜ ਦੇ ਫਿਰ ਉਹ ਪੇਸ਼ ਹੁੰਦੇ ਨੇ ਕਚਹਿਰੀ 'ਚ ਉੱਥੇ ਉਹਦੇ ਇਹ ਦੇਖੇ ਜਾਂਦੇ ਨੇ ਪੁੰਨਰ ਪਾਪ ਵਿਚਾਰੇ ਜਾਂਦੇ ਨੇ ਸਤਿਗੁਰੂ ਅਰਦਾਸ ਜੀ ਮਹਾਰਾਜ ਕਹਿੰਦੇ ਇਹ ਤਾਂ ਬਹੁਤ ਥੱਲੇ ਦੀਆਂ ਗੱਲਾਂ ਨੇ ਨੀਮੀਆਂ ਗੱਲਾਂ ਨੇ ਮੇਰੀ ਸੋਚ ਤਾਂ ਬਹੁਤ ਉੱਪਰ ਹੈ ਤੋਂ ਜ਼ਿਆਦਾ ਇਸ ਕਰਕੇ ਮੈਂ ਨਹੀਂ ਡਰਦਾ ਹੈਗਾ ਮੈਂ ਤਾਂ ਉਸ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਨਿਰਭਾਉ ਹੈ ਜਿਹੜਾ ਨਿਰਵਾਇਰ ਹੈ ਨਿਰਭਾਉ ਜੈਸੋ ਜੈਸਾ ਸੇਵੇ ਤੈਸੋ ਹੋਈ ਜਿਹੇ 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 ਦੀ ਬੰਦਾ ਉਪਾਸ਼ਨਾ ਕਰਦਾ ਉਹ ਆ ਜੇ ਹੋ ਸਕ ਜਾਂਦਾ ਹੈ ਸੋ ਇਸ ਕਰਕੇ ਮੈਂ ਤਾਂ ਉਹਦੇ ਨਾਲ ਜੁੜਿਆ ਹੋਇਆ ਹਾਂ ਜਿਹੜਾ ਨਿਰਭਾਉ ਹੈ ਜਿਹੜਾ ਕਿਸੇ ਤੋਂ ਡਰਦਾ ਨਹੀਂ ਹੈ ਤੇ ਮੈਂ ਵੀ ਤੁਹਾਡੇ ਕੋਲੋਂ ਨਹੀਂ ਡਰਦਾ ਤੇ ਮੈਂ ਤੁਹਾਡੇ ਕੋਲੋਂ ਕਿਉਂ ਡਰਾਂ ਕਿਉਂਕਿ ਲਿਖ ਲਓ ਜਿਹੜਾ ਕੁਝ ਮਰਜੀ ਤੁਸੀਂ ਲਿਖਣਾ ਮੈਂ ਜਿਹੜਾ RAM ਨਾਮ ਧੰ ਲੱਦਿਆ ਹੋਇਆ ਹੈ ਉਹਦੇ ਨਾਲ ਮੈਨੂੰ ਕੋਈ ਜਮਾ ਦੇ ਦਾ ਡੰਡ ਨਹੀਂ ਮਿਲਣਾ ਹੈ ਉਹੇ ਜਮ ਡੰਡ ਨਾ ਲੱਗੇ ਤਾ ਜੀਲੇ ਸਰਬ ਜੰਜਾਲ ਇਹ ਜਿਹੜੇ ਤੁਸੀਂ ਸਾਨੂੰ ਜਾਲ ਪਾਏ ਹੋਏ ਨੇ ਜੰਜਾਲਾਂ ਦੇ ਵਿੱਚ ਫਸਾਇਆ ਹੋਇਆ ਲੋਕਾਂ ਨੂੰ ਨਰਕਾਂ ਸਵਰਗਾਂ ਦੇ ਜਿਹੜੇ ਦਿੱਤੇ ਹੋਏ ਨਾ ਤੁਸੀਂ ਡਰਾਬੇ ਜਾਂ ਜਿਹੜੇ ਚਿੱਤਰ ਗੁਪਤ ਦੇ ਜਾਂ ਜਮਾਂ ਦੇ ਜਿਹੜੇ ਡਰਾਬੇ ਦਿੱਤੇ ਨੇ ਇਹਨਾਂ ਦੀ ਮੈਂ ਪ੍ਰਵਾਹ ਨਹੀਂ ਕਰਦਾ ਇਹਦਾ ਜੰਜਾਲ ਤੁਸੀਂ ਪਾਏ ਹੋਏ ਨੇ ਡਰਾ ਡਰਾ ਕੇ ਲੋਕਾਂ ਨੂੰ ਆਪਣੀ ਪੂਜਾ ਕਰਾਉਨੇ ਹੋ ਮੋਹੇ ਜਮ ਡਾਂਡ ਨਾ ਲੱਗੀ ਤ ਜੀਲੇ ਸਰਬ ਜੰਜਾਲ ਇਹ ਮੈਂ ਛੱਡ ਦਿੱਤੇ ਨੇ ਆ ਜਿਹੜੇ ਚੱਕਰਾਂ ਤੇ ਤੁਸੀਂ ਸਾਨੂੰ ਪਾਇਆ ਹੋ ਨਾ ਇਹ ਜੰਜਾਲ ਜਿਹੜੇ ਪਾਏ ਹੋਏ ਨੇ ਜਿਹੜੇ ਜਾਲ ਪਾਏ ਹੋਏ ਨੇ ਇਹਨਾਂ ਨੂੰ ਮੈਂ ਤਿਆਗ ਦਿੱਤਾ ਹੈ ਮੋਹੇ ਜਮ ਡੰਡ ਨਾ ਲੱਗੀ ਤਜਿਲੇ ਸਰਬ ਜੰਜਾਲ ਇਹ ਤਾਂ ਉਹਨਾਂ ਨੂੰ ਪਹਿਣਗੇ ਜਿਹੜੇ ਇੱਥੇ ਤੱਕ ਸੀਮਤ ਨੇ ਜਿਹੜੇ ਸਿਰਫ ਆ ਥੱਲੇ ਦੇ ਲੈਵਲ ਤੇ ਹੀ ਤੁਰੇ ਫਿਰਦੇ ਨੇ ਮੈਂ 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 ਦੂਪਰ ਉੱਪਰ ਉੱਠ ਗਿਆ ਤਾਂ ਇਸ ਕਰਕੇ ਮੈਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ ਮੋਹੇ ਜਮ ਡੰਡ ਨਾ ਲੱਗੀ ਤਜਿਲੇ ਸਰਬ ਜੰਜਾਲ ਜੈਸਾ ਰੰਗ ਕੁਸੰਭ ਕਾ ਤੈਸਾ ਹੈ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ ਜਿਹੜੀ ਸੋਚਦਾ ਜਿਹੜੀ ਵਿਚਾਰਧਾਰਾ ਦਾ ਰੰਗ ਤੁਹਾਡੇ ਕੋਲੇ ਹੈ ਜਿਸ ਵਿਚਾਰਧਾਰਾ ਤੇ ਜਿਸ ਸੋਚ ਤੇ ਤੁਸੀਂ ਚੱਲ ਰਹੇ ਹੋ ਇਹ ਰਹਿਣ ਵਾਲੀ ਨਹੀਂ ਹੈ ਇਹ ਟਿਕਣ ਵਾਲੀ ਨਹੀਂ ਹੈ ਜੈਸਾ ਰੰਗ ਕੁਸੰਭ ਕਾ ਕੁਸੰਬੀ ਇੱਕ ਬੂਟਾ ਆਪਾਂ ਜਦੋਂ ਕਣਕਾਂ ਵੱਢਦੇ ਹੁੰਦੇ ਸੀ ਨਾ ਜਦੋਂ ਕਣਕਾਂ ਵੱਢਦੇ ਪੁਰਾਣੇ ਸਮਿਆਂ ਦੇ ਵਿੱਚ ਉਦੋਂ ਬਹੁਤ ਹੁੰਦੀ ਸੀ ਇਹ ਖੇਤਾਂ ਦੇ ਵਿੱਚ ਕਣਕ ਦੇ ਵਿੱਚ ਆਮ ਤੌਰ ਤੇ ਹੁੰਦੀ ਸੀ ਉਹ ਕੰਡੇ ਜੇ ਲੱਗੇ ਹੁੰਦੇ ਸੀ ਬੜੇ ਜ਼ਹਿਰੀਲੇ ਹੁੰਦੇ ਸੀ ਤੇ ਉਹਨਾਂ ਨੂੰ ਪੀਲੇ ਪੀਲੇ ਫੁੱਲ ਲੱਗੇ ਹੁੰਦੇ ਸੀ ਜੈਸਾ ਰੰਗ ਕੁਸੰਬਕਾ ਉਹ ਜਿਹੜਾ ਦੇਖਣ ਨੂੰ ਬੜਾ ਵਧੀਆ ਲੱਗਦਾ ਸੀ ਪੀਲਾ ਰੰਗ ਤੇ ਜੇ ਅਸੀਂ ਉਹਨੂੰ ਮਾੜਾ ਜਾਂ ਹਲਾ ਦੀਏ ਡੱਕੇ ਦੇ ਨਾਲ ਉਹ ਸਾਰਾ ਝੜ ਜਾਂਦਾ ਸੀਗਾ ਜੈਸਾ ਰੰਗ ਕੁਸੰਭਕਾ ਇਹ ਜਿਹੜੀ ਵਿਚਾਰ ਧਾਰਾ ਹੈ ਤੁਹਾਡੀ ਮਨੁਵਾਦੀ ਵਿਚਾਰ ਧਾਰਾ ਇਹ ਤਾਂ ਉਸ ਕੁਸੰਭੀ ਦੇ ਬੂਟੇ ਦੇ ਰੰਗ ਵਰਗੀ ਆ ਦੇਖਣ ਨੂੰ ਦੂਰੋਂ ਇਹ ਵਧੀਆ ਲੱਗਦੀ ਆ ਲੇਕਿਨ ਥੋੜਾ ਜਿਹਾ ਇਹਨੂੰ ਹਲਾ ਦਿਓ ਇਹ ਰੰਗ ਛੱਡ ਜਾਂਦਾ ਹੈ ਇਹ ਪੱਕਾ ਰੰਗ ਨਹੀਂ ਹੈ ਇਹ ਸਾਡੇ ਸਾਥ ਨਿਭਣ ਵਾਲਾ ਨਹੀਂ ਹੈ ਇਹ ਇੱਥੇ ਹੀ ਰਹਿ ਜਾਣਾ ਇਹਨੇ ਇੱਥੇ ਹੀ ਛੱਡ ਜਾਣਾ ਜੈਸਾ ਰੰਗ ਕੁਸੰਭਕਾ ਤੈਸਾ ਇਹ ਸੰਸਾਰ ਇਹ ਜਿਹੜਾ ਰੰਗ ਹੈ ਜੋ ਤੁਸੀਂ ਸੰਸਾਰ ਦੇ ਵਿੱਚ ਫਲਾਇਆ ਹੋਇਆ ਹੈ ਨਾ ਆਪਣਾ ਮਨੁਵਾਦੀ ਇਹ ਸੰਸਾਰੀ ਰੰਗ ਹੈ ਇਹਨੇ ਇੱਥੇ ਹੀ ਰਹਿ ਜਾਣਾ ਇਹ ਤੁਹਾਨੂੰ ਧੁਰ ਪਾਰ ਨਹੀਂ ਲੈ ਕੇ ਜਾ ਸਕਦਾ ਮੇਰੇ ਰਮਈਏ ਰੰਗ ਮਜੀਠਕਾ ਕੌਰ ਵਿਦਾਸ ਚਮਾਰ ਮੇਰੀ ਸੋਚ ਦੇ ਉੱਤੇ ਮੇਰੇ ਮਨ ਦੇ ਉੱਤੇ ਜਿਹੜਾ ਰੰਗ ਚੜਿਆ ਹੈ ਜਿਹੜੀ ਵਿਚਾਰਤਾਰਾ ਚੜੀ ਹੋਈ ਹੈ ਜਿਹੜੀ ਬੈਠੀ ਹੈ ਜਿਹੜੀ ਵਿਚਾਰਤਾਰਾ ਮੈਂ ਅਪਣਾਈ ਹੋਈ ਹੈ ਇਤਾ ਮਜੀਠ ਦੇ ਰੰਗਾਂ ਨੂੰ ਪੱਕੀ ਆ ਇਹ ਨੇ ਉਤਰਦੀ ਇਹ ਮਰਨ ਤੋਂ ਬਾਅਦ ਵੀ ਨਹੀਂ ਉਤਰਦੀ ਉਦੋਂ ਵੀ ਨਾਲ ਹੀ ਜਾਂਦੀ ਹੈ ਮੇਰੇ ਰਮਈਏ ਰੰਗ ਮਜੀਠ ਕਾ ਕੌਰਵਦਾਸ ਜਮਾਰ ਮੈਂ ਜੋ ਰਬਦਾਸ ਜਮਾਰ ਜਤੀ ਦੇ ਵਿੱਚ ਪੈਦਾ ਹੋਇਆ ਹਾਂ ਮੈਂ ਇਹ ਠੋਕ ਬਜਾ ਕੇ ਕਹਿੰਦਾ ਹਾਂ ਕਿ ਜਿਹੜਾ ਰਾਮ ਦਾ ਰੰਗ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਦਾ ਜੋ ਰੰਗ ਹੈ ਜੋ ਉਹਦਾ ਉਪਦੇਸ਼ ਉਹਦੀ ਸਿੱਖਿਆ ਜੋ ਪਾਣੀ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹ ਰੰਗ ਪੱਕਾ ਹੈ ਇਹ ਤਾਂ ਆਰੇ ਚੱਲ ਗਏ ਸਿਰਾਂ ਦੇ ਉੱਤੇ ਤਾਂ ਵੀ ਨਾ ਉਤਰਿਆ ਤੱਤੀਆਂ ਤਵੀਆਂ ਤੇ ਬਹਿ ਗਏ ਤਾਂ ਵੀ ਨਹੀਂ ਉਤਰਿਆ ਇਹ ਤਾਂ ਨੀਹਾਂ ਦੇ ਵਿੱਚ ਚਿੰਨ ਦਿੱਤੇ ਗਏ 7 ਸਾਲ ਦੇ ਤੇ 9 ਸਾਲ ਦੇ ਉਹਨਾਂ ਦੇ ਉੱਤੋਂ ਵੀ ਨਹੀਂ ਉਤਰਿਆ ਕਿਉਂਕਿ ਇਹ ਮਜੀਠ ਦਾ ਰੰਗ ਹੈ ਇਹ ਪੱਕਾ ਰੰਗ ਹੈ ਇਹ ਇਹਨੂੰ ਕੋਈ ਉਤਾਰ ਹੀ ਨਹੀਂ ਸਕਦਾ ਹੈ ਇਹਨੂੰ ਮੌਤ ਵੀ ਨਹੀਂ ਉਤਾਰ ਸਕਦੀ ਲੇਕਿਨ ਜਿਹੜਾ ਤੁਸੀਂ ਰੰਗ ਚਲਾਈ ਫਿਰਦੇ ਹੋ ਮਨੂਵਾਦੀ ਡੇਰਿਆਂ ਤੋਂ ਲਿਆ ਹੋਇਆ ਜਗ੍ਹਾ ਜਗ੍ਹਾ ਤੋਂ ਲਿਆ ਹੋਇਆ ਇਹ ਤਾਂ ਕੁਸੰਬੀ ਦੇ ਉਸ ਫੁੱਲ ਦੇ ਰੰਗ ਵਾਂਗੂ ਹੈ ਜਿਹੜਾ ਮਾਰਾ ਜਾ ਉਹਨੂੰ ਹੱਥ ਲਾਵੋ ਝੜ ਜਾਂਦਾ ਹੈ ਤੋ ਇਸ ਕਰਕੇ ਸਤਗੁਰੂ ਬਦਾਸ ਜੀ ਮਹਾਰਾਜ ਕਹਿੰਦੇ ਨੇ ਜੈਸਾ ਰੰਗ ਕੋ ਸੰਭਕਾ ਤੈਸਾ ਹੈ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ ਪੁਰਨਾ ਚੋਕਾਂ ਦੀ ਮਾਫੀ ਚਾਹੁੰਦੇ ਹਾਂ ਰਾਜਾ ਲੈਣਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ